अज होएगी मैचिंग, आह पा लाँगे नाल, आप लाँगे कमीज आप पजामा जरा नाल ले जाएंगे। दीदी ने फोन करना ही उनके ही आने लगे हैं दीदी। हाँ सच है ना, फोन कर दो। हाँ भाई मैं उधर फोन करने ना जमा ही नहीं। फोन तो आप कर ले सारे पैक, उधर एक दो दिन रह वांगे। अपना छड़ दता कुड़ी दे पाले सारे। अच्छा कुड़ी दे उच्च नींद आई है वो साउंडी डरी जावे। हाँ वे साउंडी इन्हें समझ आना मैं लगता। कबली ने पानी पीन रही चलो ठीक है ओके ओके वेलकम सत श्री अकाल, स्वागत है तुहाडा अज दे नवे ब्लॉग दे विच। ते अज आपां जा रहे हां पासपोर्ट बनवाउण वास्ते, संदीप दा डॉक्यूमेंट जिहड़े आपां प्रोपर लै लिया सारी, ते उस तों बाद विच आपां जाणा है जिवें कि तुहानूं पता है बैग शैग वी रेडी कीते ने, उस तों बाद विच जाणा है आपां जिवें कि हजूर साहिब दे दर्शन करके असीं थोड़ा समान लिया है सारिआं जगह, छोटा छोटा गिफ्ट लै हैगे, ते सोचा चलो वी उधर मम्मी हुणां वल दी आवांगे, ਵੱਡੀ ਦੀਦੀ ਵੱਲ ਵੀ ਅਤੇ ਛੋਟੀ ਦੀਦੀ ਵੱਲ ਅਤੇ ਭਾਬੀ ਹੋਣਾਂ ਵੱਲ। ਇੱਧਰ ਥੋੜ੍ਹਾ ਥੋੜ੍ਹਾ ਸਮਾਨ ਰਹਿੰਦਾ ਸੀ ਦੇਣ ਵਾਲੇ ਏਂਜਲ ਵਾਸਤੇ ਵੀ ਲਿਆਉਂਦਾ ਸੀਗਾ, ਅਤੇ ਮੈਂ ਕਿਹਾ ਚਲੋ ਦੇ ਆਉਂਦੇ ਹਾਂ ਸ਼ਿਰਾਜ ਦਾ ਗਿਫਟ, ਅਤੇ ਸ਼ਿਰਾਜ ਨੂੰ ਮਿਲ ਗਿਆ ਸੀਗਾ, ਅਤੇ ਹੁਣ ਬਸ ਆਪਾਂ ਜਦੋਂ ਫ੍ਰੀ ਹੋ ਗਏ ਫਿਰ ਉੱਧਰ ਹੀ ਉੱਧਰ ਜਾਣਾ ਆ, ਪਰ ਇੱਕ ਦੋ ਦਿਨ ਉੱਧਰ ਰਹਿ ਕੇ ਫਿਰ ਸਲਾਹ ਬਣਾਉਂਦੇ ਹਾਂ ਕਿਤੇ ਘੁੰਮਣ ਜਾਣ ਦੀ, ਉਸ ਤੋਂ ਬਾਅਦ ਵਿੱਚ ਦੇਖਦੇ ਹਾਂ ਕਿੱਧਰ ਦੀ ਬਣਦੀ ਹੈ ਸਲਾਹ, ਅਤੇ ਫਿਰ ਜ਼ਰੂਰ ਜਾਵਾਂਗੇ ਘੁੰਮਣ। ਹੈਂ ਵਧੀਆ ਹੋਟਲ ਕਰਨਾ ਪਿਆਰਾ ਬਣ ਗਿਆ ਇਹਦੇ ਵਿੱਚ, ਇੱਦਾਂ ਆਪਾਂ ਥੋੜ੍ਹੇ ਦਿਨ ਹੋਏ ਪਹਿਲਾਂ ਅਜੇ ਆਏ ਹਾਂ, 10-15 ਦਿਨ ਦੇ ਵਿੱਚ ਜੀ ਰੈਡੀ ਹੋਇਆ। ਗਾਣੇ ਸੁਣ ਕੇ ਬੜਾ ਹਿਲਦੀ ਹੈ, ਲਤਾਵਾਂ ਬੜੀਆਂ ਮਾਰਦੀ ਆ। ਬੰਦ ਕਰਕੇ ਚਾਲੂ ਕਰ ਗਾਣਾ, ਵੇਖ ਵੇਖ ਆਹ ਲਾ ਲਾ ਇਹਨੂੰ ਵੇਖਿਆ। ਵੈਲਕਮ ਟੂ ਜਲੰਧਰ, ਆਪਾਂ ਪਹੁੰਚ ਗਏ ਜਲੰਧਰ, ਜਲੰਧਰ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਹੁੰਚ ਗਏ ਆਪਾਂ, ਤਾਂ ਸਾਡਾ ਬੱਗਾ ਵੀ ਉੱਠ ਗਿਆ ਜਲੰਧਰ ਆਣ ਕੇ ਹੁਣ, ਅਤੇ ਚੱਲ ਠੀਕ ਹੈ ਸੰਦੀਪ ਜਾਓ ਤੁਸੀਂ। ਸੰਦੀਪ ਲਿਫਟ ਤਾਂ ਬੜਾ ਡਰਦੀ ਆ, ਹੈਂ ਇੱਧਰ ਵਿਊ ਚੈੱਕ ਕਰ ਪਹਿਲਾਂ, ਬਾਕੀ ਗੱਲਾਂ ਦੀਆਂ ਗੱਲਾਂ। ਹੈਂ ਐਂ ਲੱਗਦਾ ਨਾ ਬਾਹਰ ਤਾਂ ਮੀਂਹ ਆਉਣ ਡਿਆ, ਪਰ ਉਹ ਸ਼ੀਸ਼ੇ 'ਤੇ ਘੱਟਾ ਪਿਆ ਨਾ, ਇਸ ਕਰਕੇ ਲੱਗਦਾ ਹੈ। ਕਹਿੰਦਾ ਨੇ ਹੋਰ ਰਫੜ ਪਾ ਤਾ, ਕਹਿੰਦੇ ਕਾਪੀ ਦਾ ਐਂਟਰੀ ਕੋਈ ਨਹੀਂ, ਹੁਣ ਐਂਟਰੀ ਕਰਵਾ ਕੇ ਲਿਆਏ ਆ। ਆਪਾਂ ਪਾਸਪੋਰਟ ਆਫਿਸ ਤੋਂ ਤਾਂ ਹੋ ਆਏ ਹਾਂ, ਅਤੇ ਉੱਥੇ ਕਾਫੀ ਜ਼ਿਆਦਾ ਰਸ਼, ਬਹੁਤ ਜ਼ਿਆਦਾ। ਆਪਣੇ ਚਲੋ ਦੀਦੀ ਵਾਕਫ ਸੀ ਅਤੇ ਉਹਨਾਂ ਨੇ ਚਲੋ ਕਰਵਾ ਤਾ ਕੰਮ, ਨਹੀਂ ਤਾਂ ਰਸ਼ ਵਾਲੀ ਤਾਂ ਅੱਤ ਹੋਈ ਪਈ ਹੈ ਬਹੁਤ ਜ਼ਿਆਦਾ, ਉੱਥੇ ਲੈਣਾ ਵਿੱਚ ਲੱਗਣਾ ਪੈਂਦਾ, ਲੋਕ ਵਿਚਾਰੇ ਬੜੇ ਧੱਕੇ ਧੋੜੇ ਖਾਣ ਡਏ ਨੇ। ਪਰੂਫ ਅੱਜ ਕੱਲ੍ਹ ਸਖਤਾਈ ਬਹੁਤ ਹੈਗੀ, ਪਰੂਫ ਬਹੁਤ ਜ਼ਿਆਦਾ ਮੰਗਣਦੇ ਆ, ਅਤੇ ਹੁਣ ਜਾ ਰਹੇ ਹਾਂ ਆਪਾਂ ਫਿਲਹਾਲ ਅੰਮ੍ਰਿਤਸਰ ਨੂੰ, ਛੋਟੇ ਦੀਦੀ ਵੱਲ ਪਹਿਲਾਂ ਉੱਧਰ ਰਵਾਂਗੇ ਅੱਜ, ਅਤੇ ਉਸ ਤੋਂ ਬਾਅਦ ਵਿੱਚ ਫਿਰ ਕੱਲ੍ਹ ਜਾਵਾਂਗੇ ਡੈਡੀ ਹੋਣਾਂ ਵੱਲ, ਕਿਉਂਕਿ ਉਹਨਾਂ ਨੂੰ ਨਾਲੇ ਛੁੱਟੀ ਹੈ ਨਾ, ਐਤਵਾਰ ਛੁੱਟੀ ਹੁੰਦੀ, ਚੱਲ ਘੜੀ ਬੰਦਾ ਲਾਗੇ ਬਹਿ ਜਾਂਦਾ ਵਾ। ਜਲੰਧਰ ਰੋਡ 'ਤੇ ਇਹ ਗੱਲ ਹੈਗੀ ਆ ਵੀ ਇੱਧਰ ਰੋਹ ਰਾਮ ਵਾਲੇ ਕਾਫੀ ਹੈਗੇ ਨੇ, ਰੋਹ ਬੰਦਾ ਪੀ ਲੈਂਦਾ, ਇੱਥੋਂ ਰੋਹ ਪੀਵਾਂਗੇ। ਇਹ ਲੱਗਦਾ ਹਜੂਰ ਸਾਹਿਬ ਜਾਣੀ ਮੈਨੂੰ ਲੱਗਣ ਡਿਆ, ਇਹ ਪੈਸੰਜਰ ਆ ਕਿ ਟਾਟਾ ਮੋਰੀ। ਜਲੰਧਰ ਵੱਲ ਤਾਂ ਚੰਗੀ ਧੁੱਪ ਕੜਾਕੀ ਲੱਗੀ, ਅਤੇ ਇੱਧਰ ਅੰਮ੍ਰਿਤਸਰ ਆਏ ਹਾਂ ਅਤੇ ਇੱਧਰਲੀ ਸਾਈਡ 'ਤੇ ਤਾਂ ਬੱਦਲ ਵਾ ਕਾਫੀ ਜ਼ਿਆਦਾ ਹੋਇਆ ਪਿਆ, ਮੌਸਮ ਵਧੀਆ, ਹਵਾ ਚੱਲ ਰਹੀ ਆ, ਹੁਣ ਲੈ ਫਿਰ ਧੁੱਪ ਨਿਕਲ ਆਈ ਆ, ਹੈਂ ਪਰ ਫਿਰ ਵੀ ਬੱਦਲ ਹੈਗਾ ਆ। ਪਹੁੰਚ ਗਏ ਹਾਂ ਗੋਲਡਨ ਗੇਟ ਅੰਮ੍ਰਿਤਸਰ, ਉਹ ਜੀ ਓਏ ਲੈ ਇੱਕ ਪੈਕਟ ਇਹਨਾਂ ਕਹਿੰਦਾ ਮਗਰ ਵੀ ਫੜਾ ਜਾਓ, ਆਹ ਮਗਰ ਦੀ ਗੱਡੀ 'ਚ ਦੇ ਦੇ ਇੱਕ ਪੈਕਟ। ਓਹੋ ਪੋਲੀਓ ਹੋ ਗਿਆ, ਪੋਲੀਓ ਭਾਜੀ ਇਹਨੇ ਪੋਲੀਓ ਹੋ ਗਿਆ ਚਮਚੇ ਨੂੰ, ਪਹੁੰਚ ਗਏ ਛੋਟੀ ਦੀਦੀ ਵੱਲ। ਗੱਡੀ ਲਾਉਣ ਦੀ ਬੜੀ ਦਿੱਕਤ ਹੀ ਇੱਥੇ, ਤਾਂ ਬੜਾ ਪੰਗਾ ਤੁਹਾਡੇ ਦੇ ਇੱਥੇ, ਉਹ ਕਦੀ ਆਟੋ ਵਾਲਾ ਆ ਜਾਂਦਾ ਕਦੀ ਕੋਈ ਆ ਜਾਂਦਾ। ਮਨਿੰਦਰ ਭਾਈ ਨੂੰ ਮੈਂ ਤੁਸੀਂ ਲਾਓ ਕਿਉਂ ਗਾਂਹ ਲੈ ਗਈ ਹੁਣ ਮਗਰ ਆਟੋ ਆਉਣ ਡੇ ਕਿੰਨੇ। ਮੇਰੀ ਗੁੜੀਆ ਦੀਆਂ ਫੋਟੋਆਂ ਅਜੇ ਵੀ ਲੱਗੀਆਂ ਨੇ, ਦੀਦੀ ਖਿਡਾਉਣ ਡੇ ਹਰਗਨ ਨੂੰ ਗੱਡੀ ਲਾਉਣ ਵਾਸਤੇ, ਅੱਜ ਆਪਾਂ ਨੂੰ ਜਗ੍ਹਾ ਨਹੀਂ ਮਿਲਦੀ, ਭਾਅ ਜੀ ਵਿਚਾਰੇ ਘੁੰਮੀ ਜਾਂਦੇ ਆ। ਭਾਅ ਜੀ ਦਾ ਹੁਣ ਟਾਈਮ ਲੱਗਾ,
ਮੈਂ ਭੱਜ ਰਿਹਾ ਤੇ ਹੁਣ ਟਾਈਮ ਲੱਗਾ ਹੈ ਤੇ ਲੈ ਤੋੜਤੀ ਹੈ ਅਸ਼ਾ ਰਬਟ ਭਾਈ ਰਬਟ ਚਲ ਕੋਈ ਨਹੀਂ ਚਲਦੀ ਉਦਾਂ ਕਿ ਨਹੀਂ ਅੱਛਾ ਅੱਛਾ ਚਲ ਇਹ ਗੱਡੀ ਲਿਆਂਦੀ ਹੈਗੀ ਹਜੂਰ ਸਾਹਿਬ ਤੋਂ ਚੱਲ ਗਾਂ ਤੋਰੇ ਨੂੰ ਇਹਦਾ गर्म मसाले लड़ाई पै गई भैणा भैणा विच नहीं लड़ाई कदी पैनी कहिंदी भी इत्थों खड़ना ही हुण भरावा सही गल मसाला भरावा लिया दिओ किहड़ा मसाला आ ਕਹਿੰਦੀ ਸਾਡੇ ਬਟਾਲੇ 'ਚ ਮਿਲਦਾ ਨਹੀਂ ਉਹਦੇ ਨਾਲ ਦਾ ਆਪ ਸਾਬਤ ਲੈ ਕੇ ਪੀਸ ਲੋ ਉਹ ਲਿਆ ਹੁਣ ਉਹ ਲਿਆ ਆਪਣੀ ਮਰਜ਼ੀ ਹੁਣ ਮਾਸੀ ਕੋਲ ਲਈ ਵੇ ਦੁੱਧ ਪੀਣ ਸੌਂਗੀ ਸੌਂ ਨਹੀਂ ਲੱਗਦਾ ਨਹੀਂ ਲੈ ਲੋ ਜੀ ਮਾਂ ਪਿਓ ਦਾ ਲੜ ਲਾ ਓਹੋ ਚੌਲ ਕਿਆ ਹੀ ਬਾਤ ਹੈ ਬਹੁਤ ਘੈਂਟ ਦੇਖਣ ਨੂੰ ਤੇ ਘੈਂਟ ਲੱਗਣ ਦੇ ਖਾਣ ਵਿੱਚ ਹੋਰ ਘੈਂਟ ਲੱਗਣਗੇ ਲੈ ਬਸ ਹੁਣ ਨਖਰੇ ਭਾਜੀ ਪਹਿਲਾਂ ਕਹਿੰਦੇ ਵੀ ਇਹਨੇ ਖਾਣਾ ਨਹੀਂ ਹੈਗਾ ਵੀ ਉਹ ਗੱਲ ਬਸ ਹੁਣ ਬਹਾਨੇ ਇੱਕ ਚੀਜ਼ ਨੋਟ ਕੀਤੀ ਉਹਨੂੰ ਪਤਾ ਬਲਾਓ 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 ਬਣ ਡਿਆ ਉਹ ਖਾਣਾ ਸ਼ੁਰੂ ਕਰਤਾ ਨੇ ਨਾਲ ਹੀ ਇਹ ਕਿਹਦਾ ਪਰਸ ਇਹ ਮੀਨੂ ਦੀ ਦਾ ਲਿਆਂਦਾ ਪਰਸ ਨਹੀਂ ਐਂਜਲ ਦਾ ਹੈ ਐਂਜਲ ਦਾ ਬੈਗ ਤੋਂ ਇਹ ਕਿੱਦਾਂ ਤਗੜਾ ਖੋਲਿਆ ਜਿੱਦਾਂ ਪਿੰਡਾਂ ਵਿੱਚ ਬੀਬੀਆਂ ਨਹੀਂ ਇੱਦਾਂ ਖੋਲਦੀਆਂ ਨਹੀਂ लो जी जोड़ी देख लो हुणे अजे मैं ते मेरे भरा हुणा ने सलाह कीती आ भाजी हुणा ने भी वड्डी दी नूं फोन लाओ भी असीं आउण लगे एक दो मिनट दे विच वेखदे आ भला की जवाब दिंदे ने सही आ ते चलो हुण आपां लाउंदे आ फोन लाउंदे आ ठीक आ पहलां तां एक मिनट वेट करो पहले मैं नंबर डायल कर ला फोन आपा लाता है एक मिनट चुप रहो चुप बाबे नु बड़ा याद किया जा रहा है वेदे बड़ा सच बोल देगा झूठ सत श्रीकाल माता तेरी कित्थे आ गल करवाई बहू अपना गल करवाई सत श्रीकाल दीदी जी ਕਿੱਥੇ ਗਏ ਜੀ ਘੁੰਮਣ ਗਏ ਜੀ ਕਿਤੇ ਅੱਛਾ 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 ਤੇ ਮੈਂ ਕਿਹਾ ਇੱਥੇ ਆਪਾਂ ਆਏ ਸੀਗੇ ਲੱਗੇ ਤੇ ਆ ਜਾਈਏ ਦੋ ਦੋ ਚਾਰ ਮਿੰਟ ਲੱਗਣੇ ਆਪਾਂ ਨੂੰ ਆਪਾਂ ਨਹਿਰ ਤੇ ਆਏ ਸੀ ਕੰਮ ਮੈਂ ਤੇ ਸੰਦੀਪ ਅੱਛਾ ਤੇ ਆਹ ਲੱਗੇ ਇੱਕ ਆ ਮੇਰੀ ਭੈਣ ਆ ਉਹਦੇ ਨਾਲ ਗੱਲ ਕਰਿਓ ਹੁਣ ਆ ਭੈਣ ਆ ਮੇਰੀ ਉਹਦੇ ਨਾਲ ਗੱਲ ਕਰਿਓ आखन दी मेरी गल करा जी हां जी हेलो हाँ जी होगी गल मैं का अच्छा अच्छा ठीक है चलो ठीक है ओके धन्यवाद तो खिंच कर हेलो है ना और सू गल करनी चाहिए आवाज थोड़ी चेंज करके गल करनी चाहिए ले ये तोड़ दिया वा पता नहीं क्या है।
ਉਹ ਲੈ ਉਹਨੇ ਤੋੜ ਵੀ ਦਿੱਤਾ ਅਜੇ ਨਹੀਂ ਨਹੀਂ ਹੁੱਕ ਨਿਕਲੀ ਆ ਹੁੱਕ ਨਿਕਲੀ ਹੁੱਕ ਕਿਹਾ ਵੇ ਮੈਂ ਮੋਢੇ ਤੇ ਪਾਇਆ ਤਾਂ ਨਹੀਂ ਮੋਢੇ ਤੇ ਰਹਿੰਦੇ ਤੇ ਉਹਨੇ ਡਿੱਗੇ ਸਹੀ ਗੱਲ ਆ ਦਾਦੀ ਨਾਲ ਡੀ ਗੱਲ ਕਰਨ ਕਿ ਮੰਮੀ ਦਾ ਫੋਨ ਪਾਪਾ ਨੇ ਕਲਾਇਆ ਹੀ ਹੁਣ ਚੁੱਕਿਆ ਸਾਂਡ ਸਾਹਿਬ ਇੱਕ ਗੱਲ ਚੁੱਕੀ ਲਿਆਉਂਦੇ ਝੋਲੇ ਮੈਂ ਮੇਰੇ ਸਾਂਡੂ ਸਾਹਿਬ ਚੱਕੀ ਲਿਆਉਂਦੇ ਨੇ ਝੋਲੇ ਇਹ ਗੁੜੀਆ ਦਾ ਸਮਾਨ ਭਾਈ ਹੁਣ ਕਹਿ ਰਹੇ ਨੇ ਅਤੇ ਸਭ ਤੋਂ ਪਹਿਲੇ ਜ਼ਰੂਰੀ ਸਮਾਨ ਅਤੇ ਉਹਦੇ ਵਿੱਚ ਹੈਗਾ ਝੋਲੇ ਵਿੱਚ ਜਿਹੜਾ ਬੈਗ ਵਗੈਰਾ ਜੋ ਵੀ ਸਾਰਾ ਸਮਾਨ ਛੋਟਾ ਮੋਟਾ ਹਾਂਜੀ ਆਪਾਂ ਚੱਲੇ ਹਾਂ ਵੱਡੀ ਦੀਦੀ ਵੱਲ ਉਹਨਾਂ ਦਾ ਵੀ ਜਿਹੜਾ ਪਰਸ ਲਿਆਂਦਾ ਉਹਨਾਂ ਨੂੰ ਦੇ ਆਈਏ ਆਪਾਂ ਅਤੇ ਫਿਰ ਕੱਲ੍ਹ ਨੂੰ ਜਾਣਾ ਆ ਤੈਨੂੰ ਭਾਜੀ ਹੋਣਾ ਵੱਲ ਸਾਡਾ ਕਾਕਾ ਵੀ ਆ ਗਿਆ ਅੱਜ ਡਰਾਈਵਿੰਗ ਕਰਨਗੇ ਭਾਜੀ ਹੋਣੀ ਆਪਾਂ ਰਮਾਨ ਨਾਲ ਬੈਠਾਂਗੇ ਕਿ ਨਹੀਂ ਬਾਰਿਸ਼ ਵੇਲੇ ਆਉਣੀ ਹੋ ਗਈ ਹੈ ਸਟਾਰਟ ਅੰਮ੍ਰਿਤਸਰ ਦੇ ਵਿੱਚ ਜਿਹੜੀ ਬਾਰਿਸ਼ ਆ ਦੇਖੋ ਕਾਫੀ ਜ਼ਿਆਦਾ ਤੇਜ਼ ਹੋ ਗਈ ਆ ਵੀ ਅਤੇ ਆਪਾਂ ਹੁਣ ਜਾ ਰਹੇ ਹਾਂ ਵੱਡੀ ਦੀਦੀ ਵੱਲ ਅਤੇ ਇਹ ਭਾਜੀ ਆਪਾਂ ਕਿਹੜੇ ਰੋਡ 'ਤੇ ਹਾਂ ਨਹਿਰ ਦੇ ਨਾਲ ਨਾਲ ਠੀਕ ਆ ਤਰਨ ਤਾਰਨ ਰੋਡ ਹੈ ਲਿੰਕ ਰੋਡ ਚਲੋ ਕੋਈ ਨਾ ਆਹ ਨਹਿਰ ਇੱਧਰ ਸਾਈਡ ਨਾਲ ਹੀ ਐਡੀ ਡਰ ਗਈ ਇੱਥੇ ਕਿੱਥੇ ਗਏ ਹਾਂਜੀ ਇਹ ਦੀਦੀ ਜੀ ਹੁਣ ਮਤ ਲੈਂਦਾ ਸੀ ਇੱਕ ਛੋਟਾ ਜਿਹਾ ਪਰਸ ਇਹ ਤੁਹਾਡਾ ਵਾਪਸ ਡੱਬਾ ਆ ਐਂਜਲ ਤੇਰਾ ਉਹ ਨਿਓ ਲਾਗੋ ਬਣਾਈ ਨਾ ਵੀਡੀਓ ਹੁਣ ਕਈ ਜਾਣੇ ਨਾ ਕਹਿ ਦਿੰਦੇ ਵਲੌਗ ਵਿੱਚ ਯਾਰ ਗੁੱਡੀਆ ਦਾ ਤਾਂ ਸੇਰ ਹੀ ਬੜਾ ਵੱਡਾ ਇਹ ਲਿਆਂਦੇ ਸੀ ਬਾਬਾ ਜੀ ਦੀ ਫੋਟੋ ਇੱਕ ਲਿਆਂਦੇ ਸੀ ਤੈਨੂੰ ਭਾਜੀ ਹੋਣਾ ਵਾਸਤੇ ਹੁਣ ਸੇਮ ਹੀ ਭਲਾ ਸੇਮ ਹੀ ਦੂਸਰੀ ਕਿਹੜੀ ਹੁਣ ਇੱਕ ਇਹ ਤੈਨੂੰ ਭਾਜੀ ਵਾਸਤੇ ਇੱਕ ਇਹਨਾਂ ਨੂੰ ਦੀਦੀ ਹੋਣਾ ਦੇ ਇੱਥੇ ਨਾ ਨਾ ਕਹਿੰਦੇ ਰਹਿਣਾ ਆ ਆ ਇਹਦੀ ਨੂੰ ਲਿਆਂਦਾ ਸਹੇਲੀ ਨੂੰ ਵੇਖ ਲਓ ਭਾਈ ਠੀਕ ਆ ਤੁਸੀਂ ਕਹਿਣਾ ਫਿਰ ਵੀ ਕਿਹਦੀਆਂ ਗੱਲਾਂ ਬਾਤਾਂ ਹੋਣ ਡੀਆਂ ਕੱਲ ਜਾਵਾਂਗਾ ਨਾ ਖੁੱਲ੍ਹਾ ਟਾਈਮ ਰੋਕਿਆ ਤਾਂ ਸੀਗੀ ਵੀ ਆਪਾਂ ਰੋਟੀ ਖਾਣ ਵਾਸਤੇ ਜਿਵੇਂ ਕਿ ਤੁਹਾਨੂੰ ਦੱਸਿਆ ਹੁਣ ਮੈਂ ਰੋਟੀ ਖਾਣ ਵਾਸਤੇ ਨਿਕਲੇ ਸੀਗੇ ਘਰੋਂ ਅਤੇ ਟਾਈਮ ਹੋ ਗਿਆ ਸੁੱਖ ਨਾਲ 10:30 ਹੋ ਗਏ ਕਿ ਜ਼ਿਆਦਾ ਕਿ 10 11:15 ਹੋ ਗਏ ਨੇ ਦੇਖੋ ਢਾਬਾ ਅਜੇ ਤੱਕ ਕੋਈ ਲੱਭ ਨਹੀਂ ਰਿਹਾ ਵੀ ਢਾਬਾ ਆਪਾਂ ਲੱਭ ਰਹੇ ਹਾਂ ਦੇਸੀ ਸਟਾਈਲ ਦਾ ਹਾਂ ਗੱਲ ਇਹ ਆ ਜਿੱਦਾਂ ਮਤਲਬ ਕੁਰਸੀਆਂ ਵਗੈਰਾ ਟੇਬਲ ਵਗੈਰਾ ਬਾਹਰ ਲੱਗੇ ਹੁਣ ਅਤੇ ਨਜ਼ਾਰਾ ਜੇ ਰੋਟੀ ਖਾਣ ਦਾ ਮੌਸਮ ਬਹੁਤ ਵਧੀਆ ਬਾਰਿਸ਼ ਹੋ ਗਈ ਹਟੀ ਹੈ ਬਿਲਕੁਲ ਥੋੜ੍ਹਾ ਟਾਈਮ ਹੋਇਆ ਅਜੇ ਕਿੱਦਾਂ ਕਿੱਦਾਂ ਹੁਣ ਜਿਹੜਾ ਵੀ ਢਾਬਾ ਆਇਆ ਰੋਕ ਰੋਕ ਲੈਣਾ ਕਹਿੰਦੇ ਉਹ ਢਾਬਾ ਨਹੀਂ ਉਹ ਨਹੀਂ ਸਹੀ ਉਹ ਵੀ ਨਹੀਂ ਸਹੀ ਗੱਲਬਾਤ ਹੀ ਨੀ ਕੋਈ ਨਾ ਕਹਿੰਦੇ ਆਖਣਾ ਕਹਿੰਦੇ ਗੱਲਬਾਤ ਨੀ ਉਹ ਚਿੱਕੜੀ ਵੀ ਖਾ ਛੱਡਿਆ ਸੀ ਮੀਨੂ ਇਹਦੇ ਨਾਲ ਚੰਗਾ ਘਰ ਹੀ ਦਾਲ ਬਣਾਉਂਦੇ ਤੇ ਰੋਟੀ ਖਵਾ ਦਿੰਦੇ ਬਿਲਕੁਲ ਸਹੀ ਗੱਲ ਆਪਾਂ ਤਾਂ ਐਵੇਂ ਗਲਤੀ ਕਰ ਲਈ ਬਾਹਰ ਆ ਕੇ ਰਾਜਮਾ ਬਣਾ ਲੈਂਦੇ ਜਾਂ ਦਾਲ ਬਣਾ ਲੈਂਦੇ ਬਹਿ ਜਾ ਬਹਿ ਜਾ ਦਾਲ ਪਨੀਰ ਕੁਛ ਵੀ ਬਣ ਸਕਦਾ ਇਹਨੀ ਦੇ ਚ ਬਣ ਵੀ ਜਾਣਾ ਆਪਣੀ ਫੇਵਰਟ ਹੈਗੀ ਦਾਲ ਬਸ ਭੁੱਖ ਲੱਗੀ ਲੱਗੀ ਕੋਈ ਨਹੀਂ ਚੰਗਾ ਜੋ ਇੰਜੋਇਮੈਂਟ ਹੈ ਜੋ ਗੱਡੀ ਵਾਪਸ ਮੋੜਦੀ ਇਹਦੇ ਢਾਬਾ ਜੇ ਨਹੀਂ ਕੋਈ ਮਨਪਸੰਦ ਦਾ ਢਾਬਾ ਨਹੀਂ ਜੇ ਲੱਭਿਆ ਵੀ ਹੁਣ ਕਹਿੰਦੇ ਵੇਰਕੇ ਰੋਡ ਵੱਲ ਜਾਣਾ ਜਿੱਧਰ ਮਰਜ਼ੀ ਜਾਈ ਜਾਓ ਵੇਖ ਲਓ ਆਪਾਂ ਆ ਗਏ ਹੁਣ ਅੰਮ੍ਰਿਤਸਰ ਆ ਗੋਲਡਨ ਗੇਟ ਮੁੰਡਾ ਰੋਟੀ ਖਾਣ ਜਾਣ ਡਿਆ ਵੇਰਕਾ ਰੋਡ ਮਹਾਂ ਕਿਤੇ ਢਾਬਾ ਆਪਾਂ ਨੂੰ ਮਿਲਿਆ ਲਾਲੀ ਦਾ ਢਾਬਾ ਚਲੋ ਇੱਥੇ ਰੋਟੀ ਖਾਂਦੇ ਹਾਂ ਚਲੋ 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 ਮਿੰਟ ਮਿੰਟ ਹੋਵੋ ਅੱਗੇ ਅੱਗੇ ਗਾਣਾ ਬੜਾ ਵਧੀਆ ਉੱਧਰ ਲੱਗਾ ਦੂਜੀ ਸਾਈਡ ਹੈ ਦੂਜੇ ਢਾਬੇ ਦੇ ਗਾਣਾ ਮੈਂ ਬੜਾ ਵਧੀਆ ਲੱਗਾ ਦੂਜੇ ਢਾਬੇ ਦੇ ਆਨੰਦ ਲੱਗੇ ਪਏ ਤੀਆਂ ਲੱਗੀਆਂ ਇੱਕੋ ਪਲੇਟ ਚ ਖਾ ਲੈਂਦੇ ਉੱਥੇ ਓਹੋ ਪੋਲੀਓ ਹੋ ਗਿਆ ਪੋਲੀਓ ਭਾਜੀ ਇਹਨੂੰ ਪੋਲੀਓ ਹੋ ਗਿਆ ਚਮਚੇ ਨੂੰ ਮਜ਼ਾਕ ਕਰਨ
जे आज का व्लॉग तुम वधिया लगा लाइक कमेंट शेयर जरूर करो तो चैनल में सारे जने कर दिए जरूर सबसक्राइब। मिलते हैं नैक्सट व्लॉग में घंट जहाँ व्लॉग लैके तो जेडे फेसबुक पर व्लॉग में देख रहे हैं फेसबुक पेज में जरूर फॉलो करो सारे जने। सत श्री अकाल।